बछेरियां किन्ना कम इस करता टाइम जी होना? अलहमदुल्ला तकरीबन 10 वड्डियां घोड़ियां जी, अच्छा दो बछेरियां जी, हाँ एक जी, ब्रीडर है जी अल्लाह करे। एक ब्रीडर है। हाँ जी शौक करवाओ सानू, मेरे वेखण वाले नु शौक बिस्मिल्लाह जी, करवाओ। आओ अल्लाह हाँ खैर जी करे। अलहमदुल्ला तुहानू जी हर ब्लड का जानवर साडे कोल मिलूगा। अच्छा, हाँ जी इंशाल्लाह गारंटी ना मिलेगा जी गारंटी ब्लड नाल, का? अलहमदुल्ला साडे कोल गारंटी नाल जी। अस्सलाम वालेकुम बेलियो, की हाल चाल है? खैर खरीयत नाल है कि? उम्मीद करांगा कि सारे वेखण वाले ठीक ठाक होणगे, खरीयत नाल होणगे। दोस्तों अज असीं मौजूद हैगे आ 94 जींबे गोजरा दे नज़दीक है, पिंड है उमर डेयरी फार्म ते, और माशाल्लाह बड़ा कमाल दा शौक है। दोस्तों नूं शौक विखाने आ, सोहणियां सोहणियां घोड़ियां विखाने आ। घोड़ियां दे जिहड़े शौकीन हज़रात ने ना जी, ओह जरा टाइम कढ लो और वीडियो मुकम्मल वेखणी है, इंशाल्लाह मज़ा आएगा। उमर डेयरी फार्म ते मौजूद हैगे आ 94 जींबे, और गोजरा दे नज़दीक है, पिंड है। माशाल्लाह भाइयों ने बड़ा अच्छा शौक किया होया मझां गावां दे नाल नाल घोड़ियां दा भी। दोस्तों शौक करवाने हैं, सारा सारी डिटेल दोस्तों के नाल शेयर करते हैं। माशाल्लाह मुश्की पांच कल्याण नुकरियां मुश्कियां जनाब। गुजर साहब की हाल है? ठीक हो? खरीयत नाल हो? ठीक ठाक अलहमदुलिल्लाह। माशाल्लाह जनाब चोरी साहब की हाल है? ठीक ठाक ठीक हो? अलहमदुल्लाह भाई जी, तुसी सुनाओ? दुआ अपना अलहमदुल्लाह। तारफ जरा कराना जी। मेरा तारफ है जी हाजी मंजूर अहमद गुजर जी, चक नंबर 94 जिम्बे जी, तहसील गोहिरा, जिला टोबा टेक सिंह। ਇਹ ਸਾਡੇ ਭਾਈ ਨੇ ਵੱਡੇ ਚੌਰੀ ਮੁਹੰਮਦ ਬੂਟਾ ਸਾਹਿਬ। ਅੱਛਾ ਮੈਂ ਤਾਰਫ ਕਰਾਇਆ ਵੀ ਉਮਰ ਡੈਰੀ ਫਾਰਮ। ਉਮਰ ਡੈਰੀ ਫਾਰਮ ਇਹ ਮੇਰੇ ਭਤੀਜੇ ਦਾ ਨਾਮ ਹੈ ਜੀ। ਅਸੀਂ ਆਪ ਡੈਰੀ ਫਾਰਮ ਤੇ ਅੱਗੋਂ ਘੋੜੀਆਂ ਨਿਕਲੀਆਂ ਨੇ, ਇਹ ਕੀ ਚੱਕਰ ਹੈ? ਇਹ ਇਦਾਂ ਨਾ ਜੀ, ਅਸੀਂ ਨਾਲ ਨਾਲ ਡੈਰੀ ਫਾਰਮਿੰਗ ਪਹਿਲਾਂ ਵੀ ਕਰਦੇ ਸੀ ਜੀ, ਘੋੜੀਆਂ ਦਾ ਵੀ ਸ਼ੌਕ ਕਰਦੇ ਸੀ। ਅੱਛਾ, ਲੇਕਿਨ ਹੁਣ ਅਲਹਮਦੁਲਿਲਾ ਜ਼ਮਾਨੇ ਦੇ ਨਾਲ ਨਾਲ ਨਾ ਜੀ, ਹਾਂ ਜੀ, ਤੁਹਾਡੇ ਸੋਸ਼ਲ ਮੀਡੀਆ ਨੇ ਸਾਡਾ ਸ਼ੌਕ ਘੋੜੀਆਂ ਬਹੁਤਾ ਵਧਾਤਾ। ਅੱਛਾ, ਤੇ ਅਸੀਂ ਅਲਹਮਦੁਲਿਲਾ ਘੋੜੀਆਂ ਵਾਲ ਵੀ ਆ ਗਏ ਆ। ਹੈ ਸ਼ੁਰੂ ਤੋਂ ਅਸੀਂ ਅੱਛਾ ਦਾਦਾ ਪੜਦਾਦੇ ਤੋਂ ਨਾ ਜੀ, ਇੱਕ ਦੋ ਘੋੜੀ ਇਸ ਤਰ੍ਹਾਂ ਚੱਲਦੀ ਸੀ। ਅੱਛਾ, ਤੇ ਹੁਣ ਅਲਹਮਦੁਲਿਲਾ ਸ਼ੁਕਰ ਅੱਲਾ ਦੇ, ਸੋਹਣੇ ਰੱਬ ਦੀ ਮਿਹਰ ਆ ਜੀ, ਮਾਸ਼ਾਅੱਲਾ ਅੱਲਾ ਨੇ ਕਰਮ ਕਰਤਾ ਅਲਹਮਦੁਲਿਲਾ। ਤੇ ਘੋੜੀਆਂ ਦਾ ਸ਼ੌਕ ਕਦੋਂ ਤੋਂ ਆਇਆ? ਮਤਲਬ ਕਿੰਨੇ ਘੋੜੀਆਂ ਅਰਸੇ ਦਾ ਤੁਸੀਂ ਜ਼ਿਆਦਾ ਤਦਾਦ ਜਿਹੜੀ ਆ? ਜ਼ਿਆਦਾ ਤਦਾਦ ਅਸੀਂ 4 ਸਾਲ ਤੋਂ ਕੀਤੀ ਹੈ ਜੀ। 4 ਸਾਲ? ਹਾਂਜੀ। ਤੇ ਬਰੀਡਿੰਗ ਤੇ ਕੰਮ ਕਰਦੇ ਹੋ? ਬਰੀਡਿੰਗ ਤੇ ਕਰਦੇ ਆ ਜੀ ਅਸੀਂ ਅਲਹਮਦੁਲਿਲਾ। ਤੇ ਹੁਣ ਇਸ ਟਾਈਮ ਜਨਾਬ ਦੇ ਫਾਰਮ ਦੇ ਉੱਤੇ ਕਿੰਨੀਆਂ ਘੋੜੀਆਂ ਵਛੇਰੀਆਂ, ਕਿੰਨਾ? ਇਸ ਟਾਈਮ ਜੀ ਅਲਹਮਦੁਲਿਲਾ ਤਕਰੀਬਨ 10 ਵੱਡੀਆਂ ਘੋੜੀਆਂ ਜੀ, ਦੋ ਵਛੇਰੀਆਂ ਜੀ, ਇੱਕ ਬਰੀਡਰ ਹੈ ਜੀ ਅੱਲਾ ਕਰੇ, ਇੱਕ ਬਰੀਡਰ ਹੈ। ਹਾਂਜੀ ਸ਼ੌਕ ਕਰਵਾਓ ਸਾਨੂੰ, ਮੇਰੇ ਵੇਖਣ ਵਾਲਿਆਂ ਨੂੰ ਸ਼ੌਕ ਬਿਸਮਿਲ੍ਲਾ ਜੀ, ਆਓ ਅੱਲਾ ਖੈਰ ਕਰੇ। ਅਲਹਮਦੁਲਿਲਾ ਤੁਹਾਨੂੰ ਜੀ ਹਰ ਬਲੱਡ ਦਾ ਜਾਨਵਰ ਸਾਡੇ ਕੋਲ ਮਿਲੂਗਾ। ਅੱਛਾ, ਹਾਂਜੀ ਇਨਸ਼ਾਅੱਲਾ ਗਰੰਟੀ ਨਾਲ ਮਿਲੇਗਾ? ਗਰੰਟੀ ਨਾਲ ਅਲਹਮਦੁਲਿਲਾ ਸਾਡੇ ਕੋਲ ਗਰੰਟੀ ਨਾਲ ਜੀ, ਸ਼ੋਰ। ਬਿਸਮਿਲ੍ਲਾ ਆਓ, ਪਹਿਲਾਂ ਵੱਡੀ ਨੁਕਰੀ ਦਾ ਤੁਹਾਨੂੰ ਸ਼ੌਕ ਕਰਾਉਂਦੇ ਹਾਂ ਜੀ। ਲਿਆ ਚਿਸ਼ਤੀ ਬੇਟਾ, ਇਹਦਾ ਸ਼ੌਕ ਕਰੋ। ਇਹਨੂੰ ਉੱਤੇ ਚਾੜ ਦਵੇ ਫਿਰ ਇਹਦੀ ਮਾਂ ਮਰ ਗਈ ਹੈ ਸਾਡੇ ਕੋਲੇ, ਇਹ ਹੋਣੀ ਤਕਰੀਬਨ 4 ਮਹੀਨੇ ਪਹਿਲੇ। ਇਹ ਵੱਡੇ ਦੀ ਜਿਹੜਾ ਲਾਹੌਰ ਚਲ ਗਿਆ ਜੀ, ਡੈਰੀ ਵਾਲੇ ਦੀ। ਇਹ ਤਕਰੀਬਨ 7 ਸਾਲ ਦੀ ਘੋੜੀ ਆਪ ਜੀ, 7 ਸਾਲ ਦੀ। ਇਹਦੀ ਮਾਂ ਸਾਡੇ ਕੋਲ ਤਕਰੀਬਨ 15-16 ਸਾਲ ਦੀ ਘੋੜੀ ਹੋ ਕੇ ਮਰੀ ਹੈ ਜੀ। ਅੱਛਾ ਜੀ, ਇਹਦੇ ਕੋਲ ਤਕਰੀਬਨ ਜੀ ਇਹ 2 ਸੂਏ ਮੁਕੰਮਲ ਕਰ ਗਈ ਹੋਈ ਆ। ਅੱਛਾ, ਤੀਸਰਾ ਸੂਆ ਜਾਣੀ ਹੁਣ ਇਹ 6-7 ਮਹੀਨੇ ਸਾਡੇ ਨਾਲ ਖਾਲੀ ਕੱਢ ਗਈ ਆ, ਖਾਲੀ ਨਿਕਲ ਗਈ ਘੋੜੀ, ਤੇ ਹੁਣ ਇਨਸ਼ਾਅੱਲਾ ਦੁਬਾਰਾ ਮੇਟ ਹੀਟ ਤੇ ਆ ਚੁੱਕੀ ਆ, ਮੇਟ ਹੋਣੇ ਵਾਲੀ ਇਨਸ਼ਾਅੱਲਾ ਜੀ। ਇਸਤੇ ਸਾਹਿਬ ਇਸ ਘੋੜੀ ਦੀ ਕੀ ਉਮਰ ਹੈ? ਇਸ ਘੋੜੀ ਦੀ ਤਕਰੀਬਨ 7-8 ਸਾਲ ਹੈ ਜੀ। 7-8 ਸਾਲ ਹੈ ਜੀ। ਅੱਛਾ, ਮਜ਼ੇ ਦੀ ਗੱਲ ਇਹ ਹੈ ਵੀ 7-8 ਸਾਲ ਦੀਆਂ ਘੋੜੀਆਂ ਵੀ ਸਾਨੂੰ ਜਦੋਂ ਸਾਡੇ ਕੋਲੇ ਹੈ ਹੀ ਚੀਜ਼ ਅਸੀਂ ਰੀਅਲ ਦੱਸਣੀ, ਸਾਨੂੰ ਜ਼ਰੂਰਤ ਹੀ ਨਹੀਂ ਵੀ 4 ਲੱਗੀ ਹੈ ਜੀ ਜਾਂ ਸ਼ੁਰੂ 5, ਉਹਦੀ ਜ਼ਰੂਰਤ ਕਿਹੜੀ? ਅੱਛਾ ਜੀ। ਤੇ ਇੱਕ ਸੂਆ ਕਿੰਨੇ ਕਿੰਨੇ ਸੂਏ ਦਿੱਤੇ ਇਹਨੇ? ਇਹਨੇ 3 ਸੂਏ ਦੇਤੇ ਨੇ ਜੀ। 3 ਸੂਏ ਦੇਤੇ ਜੀ। ਹੁਣ ਖਾਲੀ ਹੈ ਜਾਂ ਗੱਬਣ? ਹੁਣ ਘੋੜਾ ਕ੍ਰਾਸ ਕਰਾਤਾ ਜੀ। ਅੱਛਾ, ਕਿਹੜਾ ਘੋੜਾ ਕ੍ਰਾਸ ਕਰਾਇਆ? ਘੋੜਾ ਸਾਡੇ ਆਪਣੇ ਕੋਲੇ ਖੜਾ ਜੀ। ਪਹਿਲੇ ਜਿਹੜੇ ਬੱਚੇ ਆਇਆ ਸੀ ਉਹ ਤੁਹਾਡੇ ਕੋਲ ਆ ਜਾਂ ਸੇਲ ਕਰ? ਨਹੀਂ, ਉਹ ਸੇਲ ਨਹੀਂ ਕੀਤੇ, ਦੋਸਤ ਲੈ ਗਏ ਜੀ। ਅੱਛਾ ਜੀ, ਚਲੋ
बच्चे ने दो वछेरे एक वछेरी दो वछेरे ते केड़े रंगा दे नुकरे जी नुकरे जी अगो साड़ी है जी रुस्तम दी थी। अच्छा जी हाँ जी दोस्तों गुजर साहब का शौक करो और अगो रुस्तम दी बच्ची आन लगी है और कमाल शौक है दोस्तों वाह इन्हां दा तुहानूं ब्रीडर भी विखाने हैं एक नहायत मुश्की खूबसूरत घोड़ी है उहदा भी शौक करवाने हैं ਇਹਦੀ ਵੀ ਡਿਟੇਲ ਲੈਣੇ ਆ ਜਨਾਬ ਮਾਸ਼ਾਅੱਲਾ ਜਨਾਬ ਇਸ ਘੋੜੀ ਦੀ ਕੀ ਉਮਰ ਹੈ ਇਹਦੀ 5 ਸਾਲ ਹੈ ਜੀ 5 ਸਾਲ ਹੈ ਜੀ ਤੇ ਕੀ ਬਲੱਡ ਲਾਈਨ ਹੈ ਇਹਦੀ ਇਹਦੀ ਰੁਸਤਮ ਦੀ ਬੱਚੀ ਹੈ ਜੀ ਅੱਛਾ ਦਾਰੂ ਕੁੱਟਾ ਵਾਲੇ ਦੀ ਦੋਤਰੀ ਅੱਛਾ ਸ਼ਹਿਜ਼ਾਦੇ ਨਾਂਗ ਵਾਲੇ ਦੀ ਅੱਛਾ ਜੀ ਸ਼ਹਿਜ਼ਾਦੇ ਨਾਂਗ ਵਾਲੇ ਦੀ ਜੀ ਕਿੰਨੇ ਸੂਏ ਸੂਈ ਹੈ ਤੁਹਾਡੇ ਕੋਲ ਇਹ ਦੋ ਹੀ ਸੂਈ ਜੀ ਦੋ ਸੂਏ ਸੂਈ ਜੀ ਹੁਣ ਹੁਣ ਅੱਗੇ ਇਨਸ਼ਾਅੱਲਾ ਘੋੜਾ ਮਲਾਵਾਂਗੇ ਇਹ ਤਮਾਨ ਮਿਸ ਕਰ ਗਈ ਅੱਛਾ ਜੀ ਹੁਣ ਖਾਲੀ ਹੈ ਹੁਣ ਖਾਲੀ ਇਹਦਾ ਕੱਦ ਕਿੰਨਾ ਹੈ ਘੋੜੀ ਦਾ ਇਹਦਾ 61 ਜੀ 61 ਜੀ ਨਵੈਸ਼ੀ ਮਾਸ਼ਾਅੱਲਾ ਜਾਨਵਰ ਨੇ ਨਵੈਸ਼ੀ ਆ ਤਾਂ ਸਿਰਫ ਇੱਕ ਦੋਸਤਾਂ ਨਾਲ ਸ਼ੌਕ ਸਾਂਝਾ ਕਰਨ ਲੱਗੇ ਆ ਅੱਛਾ ਜੀ ਚਲੋ ਬੜੀ ਗੱਲ ਹੈ ਜੀ ਕਰਨਾ ਚਾਹੀਦਾ ਬਿਲਕੁਲ ਸ਼ੌਕ ਦੇ ਵਿੱਚ ਇਜ਼ਾਫਾ ਹੁੰਦਾ ਕੋ ਸਾਨੂੰ ਗੱਲਾਂ ਕੋ ਲੱਭਣ ਗੀਆਂ ਜੀ ਫਿਰ ਹਰ ਬੰਦਾ ਘੋੜੀ ਘੋੜੇ ਤੇ ਨਹੀਂ ਉੱਪੜਦਾ ਜੀ ਬਿਲਕੁਲ ਠੀਕ ਹੈ ਨਾ ਜੀ ਕੁਝ ਦੋਸਤ ਐਸੇ ਨੇ ਜਿਹੜੇ ਜਿਨ੍ਹਾਂ ਨੂੰ ਜਨੂਨ ਦੀ ਹੱਦ ਤੱਕ ਸ਼ੌਕ ਹੈ ਲੇਕਿਨ ਉਹ ਨਹੀਂ ਪੂਰਾ ਕਰ ਸਕਦੇ ਪੂਰਾ ਨਹੀਂ ਕਰ ਸਕਦੇ ਬਿਲਕੁਲ ਕੁਝ ਦੋਸਤ ਐਸੇ ਨੇ ਜਿਹੜੇ ਸ਼ੌਕ ਤੋਂ ਦੂਰ ਨੇ ਸ਼ੌਕ ਕੀਤੇ ਹੋਏ ਨੇ ਜੀ ਤੇ ਉਹ ਵਾਕਈ ਤੁਹਾਡੀ ਗੱਲ ਠੀਕ ਹੈ ਕਿ ਸਾਂਝਾ ਹੋ ਜਾਂਦਾ ਸਾਂਝਾ ਹੋ ਜਾਂਦਾ ਅਸੀਂ ਇਨਸ਼ਾਅੱਲਾ ਜੀ ਜਿਹੜਾ ਸ਼ੌਕ ਕਰਨਾ ਚਾਹੁੰਦਾ ਦਿਲ ਦੇ ਨਾਲ ਅਸੀਂ ਕਰਾਵਾਂਗੇ ਹਾਂ ਜੀ ਅਸੀਂ ਇਨਸ਼ਾਅੱਲਾ ਤਾਵਨ ਕਰਾਂਗੇ ਅੱਗੋਂ ਕਿਹੜੀ ਘੋੜੀ ਵਿਖਾਓਗੇ ਅੱਗੋਂ ਜੱਗ ਸਿੰਗਾਰ ਦੀ ਬੱਚੀ ਜੀ ਅੱਛਾ ਵਾਹ ਜੀ ਸਾਰੀਆਂ ਬਲੱਡ ਲਾਈਨਾਂ ਇਕੱਠੀਆਂ ਜੀ ਅਲਹਮਦੁਲਿਲਾ ਆ ਮੈਨੂੰ ਕਿਤੇ ਉਹ 175 ਕੋੜੀ ਦੀ ਚੋਕ ਵਾਲਿਆਂ ਵਾਲਾ ਕੰਮ ਨਾ ਕਰਨਾ ਪਵੇ ਅੱਛਾ ਇਹਦੀ ਕੀ ਉਮਰ ਆ ਇਹਦੀ ਉਮਰ ਜੀ 5 ਨਹੀਂ ਹਜੇ ਲੱਗੀ ਨਹੀਂ ਹੈਗੀ 4 ਕੁ ਸਾਲ ਕਹਿ ਲਓ 4 ਕੁ ਸਾਲ ਆ ਜੀ ਤੇ ਕੱਦ ਕਿੰਨਾ ਕੱਦੇ ਦਾ 60 ਹੈ ਜੀ 60 ਜੀ ਤੇ ਕਿਹੜੀ ਬਲੱਡ ਲਾਈਨ ਕਿਹੜੀ ਇਹ ਹੈਗੀ ਜੀ ਜੱਗ ਸਿੰਘਾਰ ਦੀ ਅੱਛਾ ਮਜ਼ਰ ਵਾਲੇ ਦੀ ਦੋਤਰੀ ਅੱਛਾ ਜੀ ਮਜ਼ਰ ਵਾਲੇ ਦੀ ਦੋਤਰੀ ਆ ਤੇ ਜੱਗ ਸਿੰਘਾਰ ਦੀ ਜੀ ਤੇ ਕੋ ਸੂਆ ਸੂਈ ਆ ਤੁਹਾਡੇ ਕੋਲੇ ਇੱਕ ਸੂਆ ਸੂਈ ਹੈ ਜੀ ਅੱਛਾ ਹੁਣ ਅੱਗੇ ਨਰਾਲਾ ਕ੍ਰਾਸ ਅੱਛਾ ਨਰਾਲਾ ਕ੍ਰਾਸ ਜੀ ਮੇਫਰਤ ਮੱਗੂ ਵਾਲਾ ਨਰਾਲਾ ਮੱਗੂ ਟੈਂਟ ਪੈਕਿੰਗ ਵਾਲੇ ਫੈਸਲਾਬਾਦ ਹਾਂ ਜੀ ਹਾਂ ਜੀ ਉਹਨਾਂ ਵਾਲਾ ਨਰਾਲਾ ਸਾਡੇ ਕੋਲੇ ਆ ਜੀ ਬਰੀਡਰ ਅੱਛਾ ਤੇ ਉਹ ਇੱਥੇ ਕ੍ਰਾਸ ਬਸ ਬਸ ਇਹ ਭਾਈ ਸਗੀਰ ਤੁਹਾਨੂੰ ਬੰਦੇ ਪੁੱਛਣਗੇ ਵੀ ਇੱਕ ਵੈਰਾਈਟੀਆਂ ਕੱਢੀਆਂ ਨੇ ਅਲਹਮਦੁਲਿਲਾ ਜੀ ਕਿੱਥੋਂ ਕੱਢੀਆਂ ਨੇ ਤੁਹਾਨੂੰ ਸ਼ਕੀਨ ਭਰਾ ਸਾਰੇ ਪੁੱਛਣਗੇ ਤੁਸੀਂ ਜੀ ਅਲਹਮਦੁਲਿਲਾ ਸਾਰੇ ਬੰਦੇ ਦੇਖਣਗੇ ਸਾਰੇ ਅੰਗਾਂ ਤੋਂ ਅਲਹਮਦੁਲਿਲਾ ਹਰ ਜਾਨਵਰ ਪੂਰਾ ਸਾਡਾ ਨਵੈਸ਼ੀ ਸ਼ੌਕ ਨਹੀਂ ਜੀ ਹੈਗਾ ਤਾਂ ਹੁਣ ਤੁਹਾਨੂੰ ਇੱਕ ਲੋਕਾਂ ਨੂੰ ਸ਼ੌਕ ਸਾਂਝਾ ਜੀ ਅਗਲੇ ਸਾਲ ਇਨਸ਼ਾਅੱਲਾ ਲੈ ਜਾਵਾਂਗੇ ਜੀ ਲਾਜ਼ਮੀ ਕਰਨਾ ਜੀ ਇੰਨੇ ਖੂਬਸੂਰਤ ਜਾਨਵਰ ਤੁਹਾਡੇ ਕੋਲ ਆਇਆ ਤੇ ਤੁਸੀਂ ਲਾਜ਼ਮੀ ਇਹਨਾਂ ਨੂੰ ਸ਼ੋਅ ਕਰਾਓ ਜੀ ਅੱਗੋਂ ਕਿਹੜੀ ਘੋੜੀ ਵਿਖਾਓਗੇ ਅੱਗੋਂ ਹੁਣ ਦਿਖਾਵਾਂਗੇ ਜੀ ਅਸੀਂ ਅਲਹਮਦੁਲਿਲਾ ਆਪਣੇ ਫਾਰਮ ਦਾ ਜਿਹੜਾ ਸੇਰਾ ਨਰਗਾਣਾ ਬਰੀਡ ਅੱਛਾ ਜੀ
ਇਹਦੀ ਉਮਰ ਤਕਰੀਬਨ ਕਹਿ ਲਓ ਜੀ ਕੋ 9 ਸਾਲ ਹੈ। पाकिस्तान दा बड़ा जानी एक जुल्ला सियाल है जी, एक जुल्ला नरगाना है। ये जुल्ले नरगाने वाले दी थी जी। अगो हुण क्रास हैगी आ इह अशकर मकसूद खरल जी, उन्होंने को अशकर घोड़ा 5 किलना मुश्का ओदे कोलो क्रास हुण तैयार है माशाल्लाह जी। इन हुण 11वां लग्या जी। अगे को सूआ सूई है तुहाडे कोल? अगे माशाल्लाह 5 सूए सूई। 5 सूए सूई जी। बच्चे एकड़े बछेरी है जी, एकड़े बछेरा मुख्तलिफ घोड़िया तो। अलहमदुल्ला असीं पाकिस्तान दे जिहड़े टाप दे घोड़े उन्हां तों ब्रीड कराई दी जी, जिथे भी खड़ा होवे। माशाल्लाह जी, दिल खुश हो गया, इमानदारी दी अल्लाह अलहमदुल्ला तुहाडे नसीब करे। आमीन जी। तुहाडा बहुत खूबसूरत शौक है जी, अल्लाह खैर। और मेरे नाल बहुतियां दुआवां, यकीन करो तुहानूं शुकीना ने देणियां ने, जिहड़े इंशाअल्लाह जिहड़े आपणे इत्थों दूर हैगे ना शौक तों जी जी, यकीन करो कि ਉਹ ਤੁਹਾਨੂੰ ਦਿਲੋਂ ਦੁਆਵਾਂ ਦੇਣਗੇ ਵੀ ਯਾਰ ਨਾ ਤੁਸੀਂ ਇੰਨਾ ਅੱਛਾ ਸ਼ੌਕ ਕਰਾਓ। ਇਹ ਉਹਨਾਂ ਨੂੰ ਤਾਜ਼ਾ ਕਰਨ ਵਾਸਤੇ ਵੀਡੀਓ ਅੱਜ ਦੀ ਦਿੱਤੀ ਹੈ ਜੀ, ਇਹ ਵਲੌਗ ਅੱਜ ਦਾ ਉਹਨਾਂ ਨੂੰ ਤਾਜ਼ਾ ਕਰਨ ਲਈ। ਕੁਝ ਦੋਸਤ ਆਂਦੇ ਆ ਯਾਰ ਤੁਸੀਂ ਸਾਡਾ ਦਿਲ ਖਰਾਬ ਕਰ ਦਿੰਦੇ, ਕਿਉਂਕਿ ਰੋਜ਼ ਜਿਹੜੀ ਉਹ ਸੇਲ ਪਰਚੇਸ ਤਾਂ ਹੁੰਦੀ ਰਹਿੰਦੀ ਹੈ, ਜਿਹੜੀ ਸ਼ੌਕ ਦੀ ਵੀਡੀਓ ਕਿਤੇ ਕਿਤੇ ਲੱਭਦੀ ਹੈ। ਬਿਲਕੁਲ ਬਿਲਕੁਲ, ਇਹ ਦੇਖੋ ਇੱਕ ਸ਼ਾਕ ਮਾਸ਼ਾ ਅੱਲਾਹ, ਇੱਕ ਕੰਡਿਆਲੇ ਦੀ ਪੂਰੀ ਗਰਮ ਹੈ ਜੀ। ਹਾਂਜੀ, ਐਦਾਂ ਥਾਂ ਦੀ ਬਿਲਕੁਲ ਨਰਮ ਆ, ਚਾਹੇ ਬੱਚੇ ਉੱਤੋਂ ਥੱਲੇ ਲੰਘੀ ਜਾਣ। ਅੱਛਾ ਜਾ बस सच्ची गल पूछो ना, तो दिल तो नहीं करता भाई तुसी अगली घोड़ी लेके आओ जी। यकीन करो भाई, जेडी घोड़ी लेंदे पे ओना दिल करता भाई यही दिखाई जाइए। नहीं जी, थानू दो जानवर इंशाल्लाह होर दिखावांगे, अगले जानवर नेक्स्ट वीडियो ही दिखावांगे। ओए तोंदा पिया भाई, मेरा हुन दिल नहीं करता भाई इस तो उत्ते तुसी कोई होर जानवर दिखाओ, मेरा तो दिल करता पे भाई शाम तक यही दिखाई जाइए। हां जी, ते हुन अगो केड़ा दिखाओगे? हुण दिखावांगे जी चंबे दी बच्ची है साडे कोले, पीरन साई वाला चंबा, बरार शाह वाला चंबा। अच्छा जी, ओदी बच्ची है। आ हार जा बस, बस जनाब, एदी की उम्र है? 60 साल। एदी दवाक है जी। अच्छा जी, बस आता हुण थोड़ी जी ना जी राम ना पत्या के भी तैयार है, वकदी है ते, वरना घोड़ी काबू आने वाली नहीं है। अच्छा जी, बस बस अगो हम दिखावांगे जी हाजी इरशाद वाले नोबल बॉय दी बच्ची। अच्छा जी, वाह, बस 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 बस, आ जहाजी पेट्रोल आया जी, आ जहाजी पेट्रोल आ, बस 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 बस। एदी की उम्र है? एदी भी कह लो जी तकरीबन कुछ 6 to 7 दे विच विच है जी। 6 to 7 जी। 5 कल्याण? 5 कल्याण। ए ब्लड लाइन दस्या जी? ए हाजी इरशाद वाले नोबल बॉय दी बच्ची है जी। अच्छा, फखरे मिसरियाल दी कह लो के दोतरी। अच्छा। पोतरी। माशाल्लाह जी, अल्लाह ताला नसीब करे जी,
हाकम की दोहतरी है जी। अच्छा। फखरे मिसरियाल की पोतरी। ये साडे कोले एक सूआ सूई है जी, पहले साडे दोस्त कोले सी साडे अपने घर च ही जी, उत्थे दो सूए सूई, साडे कोल एक सूई है। हुण इंशाला घोड़ा मिलाया है जी, बाबा कोल कह लो महीना डेढ़ हो गया ते चेक करवाउणी है इंशाला। जी 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 देखो जी भाई सगीर, अगे तुसी कहा सीगा वी बंदे तंग आए आ बाहर वी सानू को ब्लड लैन जां को सानू शौक कराओ, तुसी बच्चे दी गल कीती है, शकीन होवे असीं पहले तुहानू कहे शौक करावांगे असीं घोड़ी दवांगे। अच्छा जी, ठीक हो गया, मतलब ऑप्शन है तुहाडे, ऑप्शन है इंशाल्लाह, बच्चे दा शकीन होया बच्चा दवांगे, घोड़ी वाला कोई शकीन होया ब्लड वाइज दे जिहड़ा ब्लड ते काम करदा है, हां जी इंशाल्लाह दवांगे। बस आर जा बस 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 एनु डक ली। एदी तकरीबन साल नहीं हजे होई जी, 11 क महीने कह लो। 11 महीने रंग दा की बंदा, रंग एदा ही सावा चंबा जी, चंबा रंग ए मियां खालसा साहब वाले घोड़े दी बच्ची, मियां खालसा साहब वाले दी जी। मां केड़ी है? मंठार दी, मंठार डलर वाला मंठार जेड़ा ओदी दोतरी है जी। कद किन्ना करेगी कद? देखो जी असी पहले दावा नहीं करदे, 63-64 करूंगे, लेकिन इंशाल्लाह घोड़ी पूरी बनू। एदी मां सावे रंग दी सीगी, ओह मर गई साडे कोले। बस जी ए तकरीबन दवाक लग गई है जी, ते अगे ए गबण अलहमदुल्ला कुछ 4 महीने दी दवाक लग गई है, ते 4 महीने दी गबण है जी। अच्छा मैं ना सोच रहा भाई, साडी जाहिर गल है यूट्यूब वाले साडी कोशिश हुंदी है भाई जिहड़ी फ्रंट पेज उत्ते तस्वीर होवे ना उह किसे चंगे जानवर दी होवे जी, तो तुसी तो माशाल्लाह सारे मैनूं चंगे विखा छड़े आ, ते मैं ना मेरे ज़हन च गल चलदी पई है ओए मैं फोटो किहदा चंगे दा किहड़ा सिलेक्ट करिए जिहदी तस्वीर लाउणी है हां जी। ते अच्छा दवाक लग गई आ, ते ब्लड लाइन केहड़ी दसी जी? ब्लड लाइन वी कह लो इह कक्कियां जी पैंदी है जी। अच्छा ते 30 अमानत वाले दी। अच्छा जी, गबन किहदे को? गबन अपने निराले तो। अच्छा निराले को, अगों की विखाओगे? अगों तुहानू एक होर घोड़ी है साडी। अच्छा वो दिखाने हैं। चलो माशाल्लाह ले आओ जी। हाँ जी दोस्तों, उम्मीद करांगा कि तुसी खूब इंजॉय कर रहे होगे, शौकीन हजरात है जी, ते जेड़ा कोई ख्वाहिशमंद हजरात होएगा वह भी गुजर साहब कह रहे हैं भाई फैसिलिटी साडे कोल मौजूद है, उन्होंने भी असी फैसिलिटेट करांगे इंशाल्लाह। फरीदियां गावां दा भी इन्हां दा
ਗਵਾਲ ਦਾ ਕੰਮ ਹੈ, ਇਹਦੀ ਸੇਲ ਪਰਚੇਜ਼ ਕੋਈ ਨਹੀਂ ਕਰਦੇ। ਮਾਸ਼ਾਅੱਲਾ ਜੀ, ਮੁਸ਼ਕਿਲ 5 ਕਿਲਿਆਂ। ਯਕੀਨਨ ਇਹ ਬੱਚਾ ਜਿਹੜਾ ਆਇਆ ਨਾ ਜੀ, ਇਹ ਥੋੜ੍ਹਾ ਜਿਹਾ ਮੋਬਾਈਲ ਤੋਂ ਵੀ ਦੂਰ ਰਹੇਗਾ ਅਤੇ ਗਲਤ ਸੁਸਾਇਟੀ ਤੋਂ ਵੀ ਦੂਰ ਰਹੇਗਾ, ਔਰ ਇਹਦਾ ਮਜ਼ੀਦ ਸ਼ੌਕ ਵੱਧ ਗਿਆ ਅਤੇ ਇਹਨੂੰ ਜਨੂਨ ਹੋ ਜਾਏਗਾ ਘੋੜਿਆਂ ਦਾ ਅਤੇ ਇਸੇ ਕੰਮੇ ਲੱਗਾ ਰਹੇਗਾ। ਮਾਸ਼ਾਅੱਲਾ। ਹਾਂ ਜੀ ਜਨਾਬ ਗੁੱਜਰ ਸਾਹਿਬ, ਇਹਦੀ ਕੀ ਉਮਰ ਹੈ? ਇਹਦੀ ਉਮਰ ਤਕਰੀਬਨ ਕਹਿ ਲਓ ਜੀ, ਸਾਨੂੰ ਕਨਫਰਮ ਨਹੀਂ ਪਤਾ। ਇਹ ਸਾਨੂੰ ਗਿਫਟ ਆਇਆ ਜੀ, ਇਹ ਹਾਜੀ ਅਬਦੁਲ ਗਫੂਰ ਤੇ ਹਾਜੀ ਮਨਜ਼ੂਰ ਨੂੰ ਗਿਫਟ ਆਇਆ ਜੀ, ਦੌਲਤਾ ਨਗਰ ਤੋਂ। ਸਾਡਾ ਉੱਥੇ ਭਾਈ ਹੈ ਜੀ ਮੁਹੰਮਦ ਯਾਸੀਨ, ਉਹ ਮੇਰਾ ਖਿਆਲ ਯੂਕੇ ਹੁੰਦੇ ਨੇ ਜੀ, ਬਾਈ ਨੇ ਜੀ ਵਾਫੇ, ਅਸੀਂ ਆਹ ਭਾਈ ਭਾਈ ਹਾਂ ਜੀ, ਪੀਰ ਭਾਈ ਹੋ ਗਏ ਜੀ ਅਸੀਂ। ਤੇ ਇਹ ਉਹਨਾਂ ਨੇ ਗਿਫਟ ਦਿੱਤਾ ਜੀ ਸਾਨੂੰ, ਅੱਲਾ ਉਹਨਾਂ ਦੀ ਜ਼ਿੰਦਗੀ ਰੱਖੇ ਜੀ। ਤੇ ਇਹ ਉਹਨਾਂ ਨੇ ਭੇਜੀ ਸਾਨੂੰ, ਦੌਲਤਾ ਨਗਰ ਬੈਠੇ ਨੇ ਪਿੰਬਰ ਰੋਡ ਤੇ ਗੁਜਰਾਤ ਜੀ। ਉਮਰ ਅੰਦਾਜ਼ਾ ਹੀ ਆ ਜੀ, ਤਕਰੀਬਨ 7-8 ਸਾਲ ਹੋਏਗੀ ਜੀ। ਇਹ ਗੱਬਣ ਹੈ ਜੀ, ਇਹ ਵੀ ਗੱਬਣ ਹੈ। ਇਹ ਤਕਰੀਬਨ ਇਹਨੂੰ 5ਵਾਂ ਲੱਗ ਗਿਆ ਜੀ, 5ਵਾਂ ਲੱਗ ਗਿਆ ਜੀ। ਤੇ ਕਿਹੜੇ ਘੋੜੇ ਤੋਂ ਗੱਬਣ ਹੈ? ਇਹ ਭਾਈ ਯਾਸੀਨ ਕੋਲੇ ਘੋੜਾ ਖੜਾ ਜੀ, ਨਿਮਤ ਮੀਆਂ ਫਰਖ ਮੱਗੂ ਵਾਲੇ ਰਹਿਮਤ ਦਾ ਬੱਚਾ, ਉਹਦੇ ਕੋਲ ਗੱਬਣ ਜੀ। ਅੱਗੇ ਸੂਈ ਹੈ ਜੀ, ਸਵਾਰੀ ਦੀ ਗੁੰਗਾ ਹੈ ਭਤੀਜਾ, ਤੇ ਉਹਨੂੰ ਇਨਸ਼ਾਅੱਲਾ ਸਵਾਰੀ ਕਰਾਉਂਦੇ ਆ। ਨਹੀਂ ਜੀ, ਦੋ ਪੈਰ ਮਗਲੇ ਧੋਤੇ ਨੇ ਜੀ, ਮੱਥੇ ਪਟਾ ਬੇਲ ਜੀ। ਅੱਗੋਂ ਤੁਹਾਨੂੰ ਬਰੀਡਰ ਦਿਖਾਉਂਦੇ ਆ ਜੀ, ਇੱਕ ਘੋੜੀ ਦੀ ਸਵਾਰੀ ਦਿਖਾਉਂਦੇ ਆ, ਨਵੈਸ਼ੀ ਸਵਾਰੀ। ਮਾਸ਼ਾਅੱਲਾ ਜੀ, ਨੁਕਰੀ ਦੀ ਚੜੀ ਚੈੱਕ ਕਰੋ। ਗੁੱਜਰ ਸਾਹਿਬ ਕਿਹਾ ਵੀ ਚੜੀ ਵਾਲੀ ਵੀਡੀਓ ਲਾਜ਼ਮੀ ਵਿੱਚ ਪਾਣੀ ਹੈ ਇਹਦੀ। ਮਾਸ਼ਾਅੱਲਾ ਮਾਸ਼ਾਅੱਲਾ, ਖੈਰ ਹੋਵੇ ਖੈਰ ਹੋਵੇ ਘੋੜੀਏ, ਖੈਰ ਹੋਵੇ। ਬੰਦਾ ਚੇਂਜ ਹੋ ਗਿਆ ਹੁਣ ਸਵਾਰ, ਹੁਣ ਉਹ ਸੁਣੇਗਾ ਤੇ ਮੋੜੇਗਾ ਨਾ, ਉਹ ਦੇਖਿਆ ਜੇ। ਅੱਛਾ, ਮਜ਼ੇ ਦੀ ਗੱਲ ਇਹ ਆ ਵੀ ਸਵਾਰ ਸਾਹਿਬ ਜਿਹੜੇ ਆ ਨਾ, ਉਹ ਸੁਣਦੇ ਨਹੀਂ ਆ ਤੇ ਮੋੜਨੀ ਹੁਣ ਆਪਣੀ ਮਰਜ਼ੀ ਨਾਲ, ਓਏ ਨਾ ਮੋੜਨੀ ਉਹਨੇ ਆਪਣੀ ਮਰਜ਼ੀ ਨਾਲ। ਮਾਸ਼ਾਅੱਲਾ, ਸਵਾਦ ਆ ਗਿਆ ਜੀ। ਮਾਸ਼ਾਅੱਲਾ, ਚਲੋ ਜੀ, ਗੁੱਜਰ ਸਾਹਿਬ ਦਾ ਵੀ ਦਿਲ ਕਰ ਪਿਆ। ਹਾਂਜੀ, ਮਾਸ਼ਾਅੱਲਾ। ਅੱਛਾ, ਹੈ ਘੋੜੇ ਦਿਆ ਬੱਚਾ, ਹੈ ਘੋੜੇ ਦਿਆ।
उम्र तकरीबन हुण 5 लगता पिया जी। वैसे मेरे सुन च आया जप्पे वाले अमानत आले दा जी, लेकिन कन्फर्म नहीं पता। मुख्तलिफ जानी घोड़ा ब्रीड कराई दा जी, ए रिजल्ट चंगा आया, बच्चे चंगे आए, इस करके भी रिस्क लवांगे इंशाल्लाह जी। बहुत अच्छा सोया, बड़े हाइटेड बच्चे और नुकरे बच्चे। गुजर साहब जनाब, मेरे वालों सारे शौकीनों वालों जनाब का शुक्रिया, जनाब की मेहरबानी कि तुसी इन्ना अच्छा शौक सारे दोस्तों नूं कराया, और शुक्रिया अदा करते हैं जनाब का। शुक्रिया भाई तुहाडा, भाई सगीर बहुत बहुत शुक्रिया तुहाडा, मेहनत सारी तुहाडी आ जिहड़े लोगों नूं अज दिखाउण लगे आ, असीं तां लुके बैठे सी, किसे नूं नहीं पता सी। हाँ यासीन भाई दी बहुत मेहनत आ, उन्होंने रात बड़ा इसरार करके अज दा प्रोग्राम रखाया जी। अगेन शुक्रिया अदा करांगा, ते एक मैसेज दे छड्डो भई इंज दे छोटे छोटे बच्चे जिन्हां दे है, अल्लाह ताला उहनां दीआं जिंदगियां करे, इहदी जिंदगी करे भई, उहनां नूं वालदैन नूं चाहीदा कि उहनां नूं शौक कराण की कराण। एक मेरे वल्लों जी अलहमदुलिल्लाह मैसेज आ सारे दोस्तां वास्ते, सारे पाकिस्तानी भरावां वास्ते, कि जिहड़े सारे पूरी दुनिया वास्ते देख रहे आ, जिन्ने देख रहे आ, जिन्ने बाहर देख रहे आ, सारयां वास्ते जी। बदकिस्मती की हो सकती है, अलहमदुल्ला बच्चों हो जी बहुत सारे ऐबा तो अल्लाह ताला ना बच्चों नूं बचाउंदा जी। ये शौक दे नाल बच्चे गां वास्ते जिहड़े नशे तो बचदे आ, भैड़ियां आदतां तो बचदे आ, जिहड़ा बंदा एक बारी मानूस है ना जानवरां नूं हो जांदा ना जी, उहदा अलहमदुल्ला बाहर किसे होर बन्ने जाण नूं दिल नहीं करदा। असीं जदों किते भी अलहमदुल्ला बाहर तो फर्क होईदा ना जी, जाणा पैंदा लाजमी किते ना किते, लेकिन ज्यादा वक्त अलहमदुल्ला इत्थे फार्म च ही गुजरदा। ਇਹ ਕਰਮਾਂ ਵਾਲੀਆਂ ਦਾ 10 ਮਿੰਟ ਆ ਕੇ ਬਹਿ ਲਈਦਾ, ਸਾਰੇ ਦੁੱਖ ਗਮ ਦੂਰ ਹੋ ਜਾਂਦੇ ਆ। ਵੈਸ ਗੁਜਰ ਆ ਜੀ, ਛੋਟਾ ਭਾਈ ਮੇਰਾ ਹਾਈ ਸਾਹਿਬ ਦਾ ਬੇਟਾ ਵੈਸ ਗੁਜਰ, ਵੈਸ ਮਨਜ਼ੂਰ, ਹਾਂਜੀ ਮਿਸਟਰ ਪੰਜਾਬ ਮਾਸ਼ਾਅੱਲਾ ਹੋਇਆ ਜੀ। ਅੱਛਾ, ਉਹ ਇਸ ਸ਼ੌਕ ਦੀ ਬਦੌਲਤ ਜਾਨੀ ਉਹ ਕਿਸੇ ਗਲਤ ਲਾਈਨ ਤੇ ਨਹੀਂ ਪਿਆ। ਹਾਂਜੀ ਪਹਿਲੇ ਸ਼ੌਕ ਬਾਡੀ ਬਿਲਡਰ ਨਾ ਜੀ, ਮਿਸਟਰ ਪੰਜਾਬ ਬਣਿਆ। ਪੰਜਾਬ ਬਣਿਆ। ਅੱਛਾ ਅੱਛਾ, ਵੈਸ ਗੁਜਰ ਉਹਦੀ ਵੀਡੀਓ ਬਹੁਤ ਸਾਰੀਆਂ ਚੜੀਆਂ ਹੋਈਆਂ। ਇਹ ਵੈਸ ਗੁਜਰ ਦਾ ਡੇਰਾ ਜੀ। जी दोस्तों, उम्मीद करांगा कि वीडियो आज दी तुहानूं बहुत पसंद आई होएगी, जिस दोस्त नूं पसंद आई है वीडियो नूं लाइक कर देना, चैनल नूं लाजमी सबसक्राइब कर देना, ते इहदे नाल ही अपने वीर सगीर अब्बास फ्रेंड और गुजर बिरादरान नूं। अच्छा, हाजी गफूर गुजर साहब, हमजा गुजर साहब और सारे गुजर बिरादरान 94 वाले जिन्हें भी है, चौधरी अकरम गुजर। अच्छा अच्छा, असी सारों शुक्रिया अदा कर दें, 94 जीम्बे दे जिनी गुजर बरादरी है सारे का असी शुक्रिया अदा करते हैं, और चैनल में सबसक्राइब कर देना, तो गुजर बरादरान दो इजाजत। एक गुजर बरादर साडा जिहड़ा ने जी वापस आ रहा, नदीम गुजर, इंशाल्लाह इस तो बाद रब रखा।